आज का अपना टॉपिक है अपन ससा भाग मुहावरे करते हैं भ्रष्टाचार लेख करना है। ऑलरेडी अपन डे बिफोर यस्टरडे ये अखबार के संपादक को पत्र कर चुके हैं कि भ्रष्टाचार की है, इसका बोलबाला सारे देश क्यों है और हर क्षेत्र में भ्रष्टाचार ने अपने पैर किस तरह पसारे हैं, तीनों प्रभाव की पै रहे हैं, तीनों दूर करने के सुझाव ये अपन डिस्कस करेंगे और ससा भाग मुहावरे। पर उस तो पहला जिहड़े बच्चे रेडी ने अपनी स्पीकिंग स्किल लई वह बच्चे अपनी पार्टीसपेशन दे देन, डेली 5-5 स्टूडेंट्स की पार्टीसपेशन जरूरी है। ठीक है बच्चे, ये तुहाडे इंटरनल असैसमेंट का पार्ट है सब्जेक्ट इनरिचमेंट। यस बेटे जी हाँ। माता गुजरी जी नंद लाल नूरपुरी ने लिखा है, इस विच उसने माता गुजरी जी की ममता दर्शाई है। माता गुजरी जी चार साहिबजादियां दे दादी जी हन, ओ चाहे चार साहिबजादियां दे पिता श्री गुरु गोबिंद सिंह जी दे माता जी हन, ओ छोटे साहिबजादियां नू हीरियां दी जोड़ी मनदे हन। ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ। ਮਾਤਾ ਗੁਜਰੀ ਜੀ ਨੇ ਕੋੜੀਆਂ ਗਾ ਕੇ ਆਪਣਾ ਦੁੱਖ ਬਿਆਨ ਕੀਤਾ ਹੈ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਛੋਟੇ ਸਾਹਿਬਜ਼ਾਦਿਆਂ ਦੇ ਨਾਂ ਹਨ। ਉਹ ਦੋਵੇਂ ਆਪਣੀ ਦਾਦੀ ਚੋਂ ਤੋਂ ਪੁੱਛਦੇ ਹਨ ਕਿ ਉਹ ਆਪਣੇ ਦਾਦਾ ਜੀ ਤੇਗ ਬਹਾਦਰ ਜੀ ਨੂੰ ਕਦੋਂ ਮਿਲਣਗੇ। ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਉਹ ਕਦੋਂ ਆਪਣੇ ਸਿੱਖ ਕੌਮ ਦੀ ਖਾਤਰ ਸ਼ਹੀਦ ਹੋ ਕੇ ਆਪਣੇ ਦਾਦਾ ਜੀ ਤੋਂ ਮਿਲਣਗੇ। ਵੈਰੀ ਗੁੱਡ ਐਕਸਲੈਂਟ ਕਿ ਉਹਨਾਂ ਨੇ ਇਹ ਨਹੀਂ ਮੰਨੀ, ਉਹਨਾਂ ਨੇ ਆਪਣੇ ਆਪ ਨੂੰ ਛੋਟੀਆਂ ਉਮਰਾਂ ਵਿੱਚ ਹੀ ਕੁਰਬਾਨ ਕਰਨ ਲਈ ਮਨਜ਼ੂਰ ਕਰ ਲਿਆ, ਪਰ ਉਹ ਇਸਲਾਮ ਧਰਮ ਦੇ ਅੱਗੇ ਝੁਕੇ ਨਹੀਂ। ਔਰ ਉਹਨਾਂ ਦੇ ਲਈ ਦਾਦੀ ਮਾਤਾ ਗੁਜਰੀ ਜੀ ਦੇ ਮਨ ਵਿੱਚ ਪਿਆਰ ਉਭਰਦਾ ਹੈ ਕਿਉਂਕਿ ਉਹ ਉਹਨਾਂ ਦੇ ਲਾਡਲੇ ਲਾਲ ਨੇ। ਵੈਰੀ ਗੁੱਡ। ਨੈਕਸਟ ਬੇਟੇ, ਨੈਕਸਟ ਆਰਿਅਨ ਰਿਅੰਸ਼ਿਕਾ। ਵੈਰੀ ਗੁੱਡ। ਹਾਂਜੀ ਬੇਟੇ ਰਿਅੰਸ਼ਿਕਾ, ਟੌਪਿਕ ਬੋਲੋ ਪਹਿਲੇ, ਕਿਹੜੇ ਟੌਪਿਕ ਤੇ ਬੋਲੋਗੇ? ਯੈਸ ਬੱਚੇ, ਮੈਮ ਕੇਜੀ ਕਾ। ਹਾਂਜੀ ਬੇਟੇ ਬੋਲੋ। ਯੈਸ, ਮਾਤਾ ਗੁਜਰੀ ਜੀ ਕਵਿਤਾ ਨੰਦ ਲਾਲ ਨੂਰਪੁਰੀ ਦੀ ਲਿਖੀ ਹੋਈ ਇੱਕ ਪ੍ਰਸਿੱਧ ਰਚਨਾ ਹੈ। ਇਸ ਕਵਿਤਾ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਵੀ ਥੋੜਾ ਬਿਆਨ ਕੀਤਾ ਹੈ। ਮਾਤਾ ਗੁਜਰੀ ਜੀ ਅੱਧੀ ਰਾਤ ਦੇ ਸਮੇਂ ਆਪਣੇ ਪੋਤਿਆਂ ਨੂੰ ਯਾਦ ਕਰਦਿਆਂ ਹੋਏ ਠੰਡੇ ਪੁੱਜ ਵਿੱਚ ਘੋੜੀਆਂ ਗਾਉਂਦੇ ਹਨ। ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਹੀਰਿਆਂ ਦੀ ਜੋੜੀ ਦਾ ਦਰਜਾ ਦਿੰਦੇ ਹਨ। ਰਾਤ ਨੂੰ ਉਹਨਾਂ ਦੇ ਕੋਮਲ ਸਰੀਰ ਤੇ ਹੱਥ ਫੇਰ ਤੋਂ ਆਖਦੇ ਹਨ ਕਿ ਉਹ ਉਹਨਾਂ ਦੀ ਲੋਹੜੀ ਵੰਡਣਗੇ। ਹੋਣੀ ਉਹਨਾਂ ਦੇ ਸੁਪਨੇ ਵਿੱਚ ਆ ਕੇ ਕਹਿੰਦੀ ਹੈ ਕਿ ਉਹ ਛੋਟੇ ਸਾਹਿਬਜ਼ਾਦਿਆਂ ਦੀ ਚਮਕ ਇੱਟ ਤੇ ਇੱਟ ਰੱਖ ਕੇ ਛੁਪਾ ਦੇਵੇਗੀ। ਛੋਟੇ ਸਾਹਿਬਜ਼ਾਦੇ ਆਪਣੇ ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੇ ਹਨ ਤੇ ਮਾਤਾ ਗੁਜਰੀ ਜੀ ਨੂੰ ਪੁੱਛਦੇ ਹਨ ਕਿ ਉਹ ਉਹਨਾਂ ਨੂੰ ਕਦੋਂ ਮਿਲਣ ਜਾਣਗੇ। ਮਾਤਾ ਗੁਜਰੀ ਜੀ ਉਹਨਾਂ ਦਾ ਇੱਕ ਇੱਕ ਸ਼ਬਦ ਯਾਦ ਕਰਦੇ ਹਨ ਜੋ ਉਹਨਾਂ ਨੂੰ ਦੁਖੀ ਕਰਦਾ ਹੈ। ਅੰਤ ਵਿੱਚ ਮਾਤਾ ਗੁਜਰੀ ਜੀ ਕਵੀ ਨੂੰ ਛੋਟੇ ਸਾਹਿਬਜ਼ਾਦੇ ਲੱਭਣ ਲਈ ਆਖਦੇ ਹਨ ਕਿਉਂਕਿ ਉਹਨਾਂ ਨੂੰ टॉपिक मैं तुहानू ऑलरेडी दस चुकी हाँ, दादी जी ते होनी दी आपस विच की वार्तालाप है। ਬੱਚੇ ਲਾਡਲੇ ਪੋਤੇ ਆਪਣੇ ਦਾਦੀ ਜੀ ਤੋਂ ਦਾਦਾ ਜੀ ਬਾਰੇ ਕੀ ਪੁੱਛਦੇ ਹਨ ਤੇ ਕਿਉਂ ਪੁੱਛਦੇ ਹਨ, ਇਹ ਕੁਐਸਚਨ ਬੋਲੋ। ਔਰ ਭ੍ਰਿਸ਼ਟਾਚਾਰ ਦੇ ਬਾਰੇ ਆਪਣੇ ਵਿਚਾਰ ਰੱਖੋ, ਮਹਿੰਗਾਈ ਦੇ ਬਾਰੇ, ਵੱਧ ਰਹੇ ਪ੍ਰਦੂਸ਼ਣ ਬਾਰੇ, ਮਾਤ ਭਾਸ਼ਾ ਮਾਤ ਬੋਲੀ। ਹਾਂਜੀ ਬੇਟੇ, ਐਨੀ ਸਟੂਡੈਂਟ, ਫਿਰ ਆਪਾਂ ਟੌਪਿਕ ਸਟਾਰਟ ਕਰੀਏ ਅੱਜ ਦਾ। ਸਭ ਤੋਂ ਪਹਿਲਾਂ ਸੱਸਾ ਭਾਗ ਮੁਹਾਵਰੇ ਕਰਨੇ ਜ਼ਰੂਰੀ ਹਨ ਕਿਉਂਕਿ ਜਿਹੜਾ ਥਰਸਡੇ ਨੂੰ ਟੈਸਟ ਹੈ ਮਾਤਾ ਗੁਜਰੀ ਜੀ ਚੈਪਟਰ ਹੈ ਪਲੱਸ ਸੱਸਾ ਭਾਗ ਮੁਹਾਵਰੇ 1-20। ਆਪਣੀ ਆਪਣੀ ਬੁੱਕ ਖੋਲੋ 1-20। ਬੱਚੇ ਟਾਈਮਲੀ ਜੁਆਇਨ ਕਰਿਆ ਕਰੋ ਕਲਾਸ, ਬੀ ਪੰਕਚੁਅਲ। ਹਾਂਜੀ ਬੇਟੇ, ਫਰੋਮ ਬੋਇਸ ਸਾਈਡ ਐਨੀ ਸਟੂਡੈਂਟਸ, ਨੋ ਵਨ ਰੈਡੀ ਟੂ ਪਾਰਟੀਸਪੇਟ? ਯੈਸ ਬੱਚੇ, ਨੋ ਵਨ ਰੈਡੀ? ਹਾਂ, ਵੈਰੀ ਗੁੱਡ ਬਗਨੇਸ਼। ਹਾਂਜੀ ਬੱਚੇ ਚਲੋ,
फ्रॉम बॉय साइड फर्स्ट मैम इनमें से किसी एक टॉपिक में पढ़ाना है सारे टॉपिक को पढ़ाना है हां बच्चे मैम इनमें से सिर्फ एक टॉपिक का पढ़ाना है सारे टॉपिक का पढ़ाना है मेनू बड़े क्लियर सारे टॉपिक पढ़ाए हैं हां जी बोलो जो जो तुसी तैयार किया बेटे ओदे अकॉर्डिंग ओके यस बेटे यस बच्चे बोलो बच्चे मैं वन मिनट आर्यन चलो फर्स्ट आर्यन आर्यन तो सुन दिया इन्हें बग्नेश प्रिपेयर करेगा यस बेटे आर्यन मैम वन मिनट यस मैम माता गुजरी जी ने अपने पोत्रा साहबजादा जोरावर सिंह जी ते साहबजादा फतेह सिंह जी दी शहीदी मगरों उन्हां दे विछोड़े दे दुख नूं गा के प्रकट किया है ओह तां कह रहे सन कि उन्हां नूं अज अपनी अख दे तारियां दी रोशनी दिखाई नहीं दे रही अते उन्हां नूं विछोड़े नूं सहना उन्हां लई बड़ा ही औखा है वेरी गुड किसने छोटे साहबजादे नूं सरहंद दीआं नीहां विच चिनवान दा हुकम देता सी वन मार्क क्वेश्चन भी बोलो जनरल क्वेश्चन हाँ जी बेटे किसने आर्यन अपनी स्पीकिंग स्किल दे अकॉर्डिंग वन मार्क क्वेश्चंस किसे हुकम नाल उन्हां नूं जिउंदिया ही नीहां विच चिनवा दिता गया सरहंद दा नवाब कौन सी जिसने उसनूं उन्हां नूं साहिबजादियां नूं की अपनाउण लई मजबूर किया यस बेटे आर्यन जो सुनाया है उदिना रिलेटेड बेटे वन मार्क क्वेश्चन आर्यन हां जी बच्चे आर्यन अनम्यूट योर सेल बेटे मैम याद नहीं आ रहा क्या था छोटे साहिबजादियां नूं सरहंद दे नवाब वजीर खां ने ठीक है बच्चे वजीर खां ने सरहंद दीआं नीहां विच चिनवा दित्ता नेक्स्ट कौन करेगा बेटे बबनेश हां जी बेटे बबनेश मैम आई विल स्पीक ऑन भ्रष्टाचार हां जी बेटे बोलो भवनेश मैम भ्रष्टाचार मैम भ्रष्टाचार भ्रष्ट अते आचार तो बनया है मैम भ्रष्ट दा अर्थ है बुरा ते मैम ते आचार दा तो पाव है आचरण मैम आचरण 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 मैम मनुख ते उस आचरण नु भ्रष्ट कहा जांदा है जो ਸਮਾਜਿਕ ਨਿਯਮਾਂ ਦੇ ਵਿਰੁੱਧ ਹੋਵੇ ਜਦੋਂ ਅਸੀਂ ਕਿਤੇ ਕੀਰਤ ਕਮਾਈ ਤੋਂ ਇਲਾਵਾ ਬੇਮਾਨੀ ਚੋਰੀ ਹੇਰਾ ਫੇਰੀ ਜਾਂ ਰਿਸ਼ਵਤ ਲੈ ਕੇ ਧਨ ਇਕੱਠਾ ਕਰਦੇ ਹਾਂ ਤਾਂ ਉਸ ਨੂੰ ਭ੍ਰਿਸ਼ਟਾਚਾਰ ਕਹਿੰਦੇ ਹਨ ਵੈਰੀ ਗੁੱਡ ਚਲੋ ਅੱਜ ਆਪਾਂ ਸਟਾਰਟ ਹੀ ਭ੍ਰਿਸ਼ਟਾਚਾਰ ਲੇਖ ਤੋਂ ਕਰਦੇ ਹਾਂ ਭ੍ਰਿਸ਼ਟਾਚਾਰ ਲੇਖ ਕਰਨ ਤੋਂ ਪਹਿਲਾਂ ਜਿਹੜਾ ਇੰਟਰੋਡਕਸ਼ਨ ਪੈਰਾ ਹੈ ਉਹ ਆਪਾਂ ਸੇਮ ਕਰਨਾ ਹੈ ਜੋ ਆਪਾਂ ਮਹਿੰਗਾਈ ਦੀ ਸਮੱਸਿਆ ਚ ਕੀਤਾ ਬੇਟੇ ਔਰ ਪ੍ਰਦੂਸ਼ਣ ਦੀ ਉਹ ਕੌਣ ਬੋਲੇਗਾ ਇੰਟਰੋਡਕਸ਼ਨ ਪੈਰਾ ਚਲੋ ਉਹੀ ਇੱਕ ਸਪੀਕਿੰਗ ਸਕਿੱਲ ਹੈ ਤੁਹਾਡੀ ਡੈਰੀਆ ਯੈਸ ਰਿਧਿਮਾ ਵੈਰੀ ਗੁੱਡ ਇੰਟਰੋਡਕਸ਼ਨ ਪੈਰਾ ਗੁੱਡ ਮਾਰਨਿੰਗ ਮੈਮ यस बेटे वेरी वेरी गुड मॉर्निंग इंट्रोडक्शन पैरा बोलू भ्रष्टाचार लेख स्टार्ट करने से पहले हां जी देश नु आजाद होया बहुत दहाके हो गए हन पर असि पूर्ण आजादी दा आनंद नहीं मान सके क्योंकि देश दी खुशहाली दे राह विच बहुत रुकावटां आईयां जिवे प्रदूषण भ्रष्टाचार बेरोजगारी महंगाई ते भ्रूण हत्या एक्सीलेंट वेरी गुड हां जी अगे भ्रष्टाचार दे बारे एक दो लाइना बोलो ना फिर जेड़ी समस्या बारे आपां विचार करनी है ਜਿਵੇਂ ਪ੍ਰਦੂਸ਼ਣ ਬਾਰੇ ਕਰਨੀ ਸੀ ਤਾਂ ਪ੍ਰਦੂਸ਼ਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਮਹਿੰਗਾਈ ਬਾਰੇ ਕਰੀਏ ਤਾਂ ਆਮ ਜਨ ਸਧਾਰਨ ਜਿਹੜਾ ਵਿਅਕਤੀ ਹੈ ਉਸਦਾ ਲੱਕ ਤੋੜ ਕੇ ਰੱਖ ਦਿੱਤਾ ਠੀਕ ਹੈ ਹੁਣ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਯੈਸ ਬੇਟੇ ਇਹਦੇ ਬਾਰੇ ਇੱਕ ਲਾਈਨ ਕੀ ਕਰਾਂਗੇ ਕੀ ਬੋਲੋਗੇ
ਕਿ ਭ੍ਰਿਸ਼ਟਾਚਾਰ ਇੱਕ ਅਜਿਹੀ ਸਮੱਸਿਆ ਇਹਨਾਂ ਵਿੱਚੋਂ ਜਿਸ ਨੇ ਦੇਸ਼ ਵਿੱਚ ਇੱਕ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ। ਅਜਿਹਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਕਿ ਹਰ ਕੋਈ ਇੱਕ ਦੂਜੇ ਨੂੰ ਲਤਾੜ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਹੈ। ਠੀਕ ਹੈ, ਇਹ ਇੰਟਰੋਡਕਸ਼ਨ ਪੈਰਾ ਹੋ ਗਿਆ ਕਲੀਅਰ ਬੇਟੇ ਸਭ ਨੂੰ? ਯੈਸ ਬੱਚੇ, ਭ੍ਰਿਸ਼ਟਾਚਾਰ ਸਮੱਸਿਆ ਦਾ ਇੰਟਰੋਡਕਸ਼ਨ ਪੈਰਾ ਕਲੀਅਰ ਹੈ। ਉਹਦੇ ਤੋਂ ਪਹਿਲਾਂ ਇੱਕ ਇੰਟਰੋਡਕਸ਼ਨ ਦੇ ਵਿੱਚ ਇੱਕ ਕੋਟੇਸ਼ਨ ਵੀ ਲਿਖ ਸਕਦੇ ਹੋ, ਇਹ ਵਧੀ ਹੈ ਭ੍ਰਿਸ਼ਟ ਸਰਕਾਰਾਂ ਨੇ, ਇਹ ਵਧਾਈ ਹੈ ਭ੍ਰਿਸ਼ਟ ਸਰਕਾਰਾਂ ਨੇ, ਬੇਈਮਾਨੀ ਬੇਈਮਾਨਾਂ ਤੇ ਘਪਲੇਕਾਰਾਂ ਨੇ, ਇਹ ਭ੍ਰਿਸ਼ਟਾਚਾਰ ਵਧਿਆ ਹੈ ਭ੍ਰਿਸ਼ਟ ਸਰਕਾਰਾਂ ਕਰਕੇ, ਬੇਈਮਾਨਾਂ ਤੇ ਘਪਲੇਕਾਰਾਂ ਕਰਕੇ। ਇਹ ਸਟਾਰਟ ਦੇਣਾ ਹੈ ਆਪਾਂ, ਜਿਵੇਂ ਹਾਏ ਮਹਿੰਗਾਈ, ਹਾਏ ਮਹਿੰਗਾਈ, ਲੋਕੀ ਕਹਿੰਦੇ ਮਾਰ ਦਵਾਈ, ਹਾਏ ਭ੍ਰਿਸ਼ਟਾਚਾਰ, ਹਾਏ ਭ੍ਰਿਸ਼ਟਾਚਾਰ, ਲੋਕੀ ਕਹਿੰਦੇ ਮਾਰ ਪੁਕਾਰ। ਠੀਕ ਹੈ, ਕਲੀਅਰ ਹੈ ਬੇਟੇ? ਔਰ ਲਾਸਟ ਤੇ ਇੱਕੋ ਹੀ ਕੋਟੇਸ਼ਨ ਬਣਾ ਲਓ ਕਿ ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਓ ਤੇ ਦੇਸ਼ ਨੂੰ ਖੁਸ਼ਹਾਲੀ ਦੇ ਰਸਤੇ ਤੇ ਲੈ ਕੇ ਜਾਓ। ਕਲੀਅਰ ਹੈ ਬੱਚੇ, ਸਮਝ ਆ ਗਈ? ਏਦਾਂ ਹੀ ਕੋਟੇਸ਼ਨ ਬਣਾਉਣੇ। ਹੁਣ ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰ ਦਾ ਅਰਥ। ਉਹ ਤੁਹਾਡੀ ਬੁੱਕ ਦੇ ਵਿੱਚ ਤੁਸੀਂ ਕੌਣ ਰੀਡਿੰਗ ਕਰੇਗਾ? ਬੁੱਕ ਦੇ ਵਿੱਚੋਂ ਭ੍ਰਿਸ਼ਟਾਚਾਰ ਦਾ ਅਰਥ, ਜਿਸ ਨੂੰ ਅੰਗਰੇਜ਼ੀ ਵਿੱਚ ਆਪਾਂ ਕੀ ਕਹਿੰਦੇ ਹਾਂ, ਕੌਣ ਦੱਸੇਗਾ ਅੰਗਰੇਜ਼ੀ ਵਿੱਚ ਭ੍ਰਿਸ਼ਟਾਚਾਰ ਦਾ ਕੀ ਅਰਥ ਹੈ, ਕੀ ਹੈ ਵਰਡ, ਕੀ ਬੋਲਦੇ ਹਾਂ? ਕਰਪਸ਼ਨ। ਠੀਕ ਹੈ, ਭ੍ਰਿਸ਼ਟਾਚਾਰ ਦਾ ਅਰਥ ਹੈ ਜਿਸ ਦਾ ਆਚਰਣ ਵਿਗੜਿਆ ਹੋਵੇ। ਭ੍ਰਿਸ਼ਟ ਜਮਾ ਆਚਾਰ, ਆਚਾਰ ਪਿਛੇਤਰ ਲੱਗਿਆ ਹੋਇਆ। ਭ੍ਰਿਸ਼ਟ ਦਾ ਮਤਲਬ ਹੈ ਵਿਗੜਿਆ ਹੋਇਆ, ਜਿਸਦਾ ਆਚਰਣ ਵਿਗੜਿਆ ਹੋਇਆ ਹੋਵੇ ਉਸਨੂੰ ਭ੍ਰਿਸ਼ਟਾਚਾਰ ਆਖਦੇ ਹਾਂ, ਜਿਹੜਾ ਕਿ ਜਾਇਜ਼ ਨਜਾਇਜ਼ ਤਰੀਕਿਆਂ ਦੇ ਨਾਲ ਪੈਸਾ ਕਮਾਉਣਾ ਹੀ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਲਵੇ, ਜਿਹੜਾ ਕਿ ਕਿਰਤ ਕਮਾਈ ਤੇ ਨਾ ਪਲੇ, ਹੱਕ ਤੇ ਸੱਚ ਜਿਸ ਦੀ ਜ਼ਿੰਦਗੀ ਵਿੱਚ ਨਾ ਹੋਏ, ਜਿਸਦਾ ਕੰਮ ਹੈ ਹੱਕ ਤੇ ਸੱਚ ਦਾ ਰਸਤਾ ਛੱਡ ਕੇ ਲੋਕਾਂ ਦਾ ਖੂਨ ਚੂਸਣਾ, ਉਸਨੂੰ ਭ੍ਰਿਸ਼ਟਾਚਾਰ ਕਹਿੰਦੇ ਹਨ। ਕਲੀਅਰ ਹੈ ਬੇਟੇ? ਹੁਣ ਆਪਾਂ ਗੱਲ ਕਰੀਏ, ਭ੍ਰਿਸ਼ਟਾਚਾਰ ਇੱਕ ਲਾਹਨਤ ਹੈ, ਭ੍ਰਿਸ਼ਟਾਚਾਰ ਦਾ ਬੋਲਬਾਲਾ ਅੱਜ ਅਜੋਕੇ ਸਮਾਜ ਵਿੱਚ, ਅਜੋਕੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਸਾਰਾ ਬੋਲਬਾਲਾ ਹੈ। ਅਜਿਹੀ ਸਮਾਜਿਕ ਕੁਰੀਤੀਆਂ ਹੀ ਪ੍ਰਧਾਨ ਨੇ, ਜਿਵੇਂ ਮਹਿੰਗਾਈ, ਇਹ ਮਹਿੰਗਾਈ ਬੇਰੁਜ਼ਗਾਰੀ ਦਾ ਮੂਲ ਕਾਰਨ ਹੀ ਭ੍ਰਿਸ਼ਟਾਚਾਰ ਹੈ। ਇੱਥੇ ਲਿਖਣਾ ਮਹਿੰਗਾਈ ਕਿਹਦੇ ਕਰਕੇ ਵਧੀ ਹੈ, ਭ੍ਰਿਸ਼ਟਾਚਾਰ ਕਰਕੇ। ਬੇਰੁਜ਼ਗਾਰੀ ਕਿਸ ਕਾਰਨ ਵਧੀ ਹੈ, ਭ੍ਰਿਸ਼ਟਾਚਾਰ ਕਰਕੇ। ਉਹ ਆਪਾਂ ਹੁਣ ਅੱਗੇ ਜਾ ਕੇ ਡਿਸਕਸ ਕਰਾਂਗੇ ਕਿ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਨੇ ਕਿਵੇਂ ਪੈਰ ਪਸਾਰੇ ਹਨ। ਔਰ ਜਿਹੜਾ ਪੱਤਰ ਕਰਨਾ ਅਖਬਾਰ ਦੇ ਸੰਪਾਦਕ ਨੂੰ, ਉਹੀ ਇੱਕ ਇੱਕ ਪੁਆਇੰਟ ਲੈ ਲੈਣਾ, ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਕਿਵੇਂ ਹੈ। ਠੀਕ ਹੈ, ਆਪਾਂ ਪਹਿਲਾਂ ਗੱਲ ਕਰੀਏ, ਹਰ ਪਾਸੇ ਭ੍ਰਿਸ਼ਟਾਚਾਰ ਦਾ ਬਹੁਤ ਹੀ ਵੱਡਾ ਬੋਲਬਾਲਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਸ ਦੀਆਂ ਜੜ੍ਹਾਂ ਫੈਲੀਆਂ ਹੋਈਆਂ ਨੇ ਹਰ ਪਾਸੇ। ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ਵਿੱਚ ਕਿ ਪੈਸਾ ਦਿੱਤੇ ਬਿਨਾਂ ਕੋਈ ਕੰਮ ਹੋ ਸਕੇ। ਔਰ ਅੱਜ ਦੇ ਸਮੇਂ ਵਿੱਚ ਹਰ ਇੱਕ ਦਾ ਮਕਸਦ ਹੈ ਪੈਸਾ ਕਮਾਉਣਾ। ਹਰ ਇਨਸਾਨ ਪੈਸੇ ਦੀ ਦੌੜ ਵਿੱਚ ਲੱਗਿਆ, ਹਰ ਕੋਈ ਅੱਖ ਦੇ ਪਲਕਾਰੇ ਵਿੱਚ ਲੱਖਪਤੀ ਨਹੀਂ ਕਰੋੜਪਤੀ ਬਣਨਾ ਚਾਹੁੰਦਾ। ਧਰਮ ਇਮਾਨ ਸਭ ਪੈਸਾ ਹੀ ਬਣ ਕੇ ਰਹਿ ਗਏ। ਆਪਣੀ ਲੈਂਗੁਏਜ ਜੇ ਲਿਖਣਾ ਹੋਵੇ, ਆਪਣੀ ਬੁੱਕ ਤੋਂ ਰੀਡਿੰਗ ਕਰਨੀ ਹੈ ਤੁਸੀਂ, ਭ੍ਰਿਸ਼ਟਾਚਾਰ ਲੇਖ ਹੋਏਗਾ ਤੁਹਾਡਾ ਤੁਹਾਡੀ ਬੁੱਕ ਵਿੱਚ, ਉਹਨੂੰ ਰੀਡ ਕਰ ਲਓ, ਤੁਹਾਡੀ ਵੋਕੈਬਲਰੀ ਇਨਕਰੀਜ਼ ਹੋਏਗੀ। ਪਰ ਫਰੇਮ ਆਪਣੇ ਆਪ ਕਰਨਾ, ਰਾਈਟਿੰਗ ਸਕਿੱਲ ਕਹਿੰਦੇ ਹੀ ਉਹਨੂੰ ਹੈ ਕਿ ਤੁਸੀਂ ਰੀਡਿੰਗ ਕਰੋ, ਮੈਕਸੀਮਮ ਆਪਣੀ ਵੋਕੈਬਲਰੀ ਨੂੰ, ਜਿਹੜੀ ਪੰਜਾਬੀ ਵੋਕੈਬਲਰੀ ਹੈ ਉਹਨੂੰ ਵਾਸਟ ਕਰੋ ਔਰ ਤੁਸੀਂ ਲਿਖ ਸਕਦੇ ਹੋ। ਔਰ ਹਰ ਲੇਖ ਜਿਹੜੀਆਂ ਸਮੱਸਿਆਵਾਂ ਨੇ ਇੱਕ ਦੂਜੇ ਨਾਲ ਕੋਰਲੇਟ ਕਰਦੀਆਂ ਨੇ। ਫੋਲੋ ਮਾਈ ਪੁਆਇੰਟ ਬੇਟੇ? ਅੱਜ ਸਭ ਬੱਚਿਆਂ ਦੀ ਨਾ ਗੁੱਡ ਅਟੈਂਡੈਂਸ ਹੈ, ਸਿਰਫ ਥੋੜੇ ਜਿਹੇ ਬੱਚੇ ਐਬਸੈਂਟ ਹੈ। ਇਹਨੂੰ ਕਹਿੰਦੇ ਆ ਨਾ ਕਿ ਬੱਚੇ ਹੁਣ ਸੰਸੀਅਰ ਹੈ। ਠੀਕ ਹੈ, ਨਹੀਂ ਤਾਂ ਬੱਚੇ, ਜਿਹੜੇ ਬੱਚੇ ਰੈਗੂਲਰ ਨਹੀਂ ਹੋਣਗੇ ਉਹਨਾਂ ਦੇ ਅੰਦਰ ਕਿਹੋ ਜਿਹੀ ਭਾਵਨਾ ਆਏਗੀ, ਨਕਲ ਕਰਨ ਦੀ ਰੁਚੀ, ਤੇ ਨਕਲ ਕਰਨਾ ਵੀ ਇੱਕ ਬੁਰਾਈ, ਭ੍ਰਿਸ਼ਟਾਚਾਰ ਦਾ ਰੂਪ ਹੈ। ਠੀਕ ਹੈ, ਵਿਦਿਆਰਥੀ ਵਿਦਿਅਕ ਖੇਤਰ ਦੇ ਵਿੱਚ ਆਪਾਂ ਹੁਣ ਗੱਲ ਕਰਦੇ ਹਾਂ ਨਾ ਅੱਗੋ, ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਕਿਵੇਂ ਫੈਲਿਆ। ਪਹਿਲਾਂ ਤਾਂ ਗੱਲ ਕਰਨੀ ਹੈ ਭ੍ਰਿਸ਼ਟਾਚਾਰ ਦਾ ਬੋਲਬਾਲਾ। ਪੈਸਾ ਕਮਾਉਣਾ ਹੀ ਹਰ ਇੱਕ ਦੀ ਜ਼ਿੰਦਗੀ ਦਾ ਮਕਸਦ ਹੋ ਗਿਆ ਹਰ ਖੇਤਰ ਵਿੱਚ, ਛੋਟੇ ਤੋਂ ਲੈ ਕੇ ਵੱਡਾ ਕਰਮਚਾਰੀ ਰਿਸ਼ਵਤ ਦੀ ਗ੍ਰਸਤ ਵਿੱਚ ਘਿਰਿਆ ਹੋਇਆ। ਰਿਸ਼ਵਤ ਦਾ ਉਹਨਾਂ ਦੇ ਅੰਦਰ ਜਿਹੜੀ ਇਹ ਭਾਵਨਾ ਪੈਦਾ ਹੋ ਗਈ ਹੈ, ਰਿਸ਼ਵਤ ਦਾ ਹੀ ਬੋਲਬਾਲਾ ਹੈ। ਨਿਤ ਨਵੇਂ ਕਪਲੇ ਹੋ ਰਹੇ ਨੇ, ਹੇਰਾ ਫੇਰੀਆਂ ਕਰਕੇ ਨਜਾਇਜ਼ ਢੰਗ ਨਾਲ ਪੈਸਾ ਕਮਾਇਆ ਜਾ ਰਿਹਾ।
ਵੱਡੇ ਵੱਡੇ ਅਫਸਰ ਵੱਡੇ ਵੱਡੇ ਮੰਤਰੀ ਆਪਣੀਆਂ ਹੀ ਜੇਬਾਂ ਭਰਨ ਚ ਲੱਗੇ ਹੋਏ ਨੇ ਕਿੰਨਾ ਦਾ ਖੂਨ ਚੂਸ ਕੇ ਲੋਕਾਂ ਦਾ ਖੂਨ ਚੂਸ ਕੇ ਕਲੀਅਰ ਹੈ ਇਸ ਕਰਕੇ ਬਲਰਾਜ ਸਾਹਨੀ ਪੰਜਾਬੀ ਦਾ ਲੇਖਕ ਹੋਇਆ ਉਹਨੇ ਵੀ ਇਹੀ ਕਿਹਾ ਸੀ ਸਿੰਗਲ ਕੌਮਿਆਂ ਚ ਰੱਖੋਗੇ ਚੰਦ ਲੋਕਾਂ ਦੀਆਂ ਜੇਬਾਂ ਭਰਨ ਲਈ ਬਹੁ ਗਿਣਤੀ ਜੇਬਾਂ ਜਿਹੜੀਆਂ ਨੇ ਖਾਲੀ ਕੀਤੀਆਂ ਜਾਂਦੀਆਂ ਨੇ ਚੰਦ ਲੋਕਾਂ ਦੀਆਂ ਜੇਬਾਂ ਭਰੀਆਂ ਤੇ ਬਹੁ ਗਿਣਤੀ ਲੋਕਾਂ ਦੀਆਂ ਜੇਬਾਂ ਖਾਲੀ ਇਹਨੂੰ ਕੋਟੇਸ਼ਨ ਇੱਦਾਂ ਬਣਾਉਣੀ ਹੈ ਫਿਰ ਇੱਕ ਕੋਟੇਸ਼ਨ ਹੈ ਸੱਚ ਦਾ ਬੋਲਬਾਲਾ ਝੂਠ ਦਾ ਮੂੰਹ ਕਾਲਾ ਜਿਹੜਾ ਵੈਸੇ ਗੱਲ ਕੀ ਬਣੀ ਹੈ ਇਹ ਲਾਸਟ ਤੇ ਕਹਿਣਾ ਕਿ ਆਖਰ ਤੇ ਸੱਚਾਈ ਦੀ ਜਿੱਤੋਂ ਨਹੀਂ ਝੂਠ ਦਾ ਮੂੰਹ ਕਾਲਾ ਹੀ ਹੁੰਦਾ ਫਿਰ ਇੱਕ ਆਪਾਂ ਕੋਟੇਸ਼ਨ ਕਰਦੇ ਹੁੰਦੇ ਹਾਂ ਕਿ ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲਓ ਗੁਰਬਾਣੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸ਼ਰਮ ਧਰਮ ਤਾਂ ਖਤਮ ਹੀ ਹੋ ਗਈ ਜੇ ਲੋਕਾਂ ਦੀ ਇਸ ਤੋਂ ਬਾਅਦ ਕੋਟੇਸ਼ਨ ਲਿਖਣੀ ਹੈ ਨੋਟ ਕਰ ਲਓ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲਓ ਇਹਦਾ ਕੀ ਭਾਵ ਹੈ ਕਿ ਜਿਹਨਾਂ ਲੋਕਾਂ ਦਾ ਮਕਸਦ ਨਜਾਇਜ਼ ਢੰਗ ਨਾਲ ਪੈਸਾ ਕਮਾਉਣਾ ਹੈ ਉਹਨਾਂ ਲਈ ਸ਼ਰਮ ਧਰਮ ਕੁਛ ਨਹੀਂ ਉਹਨਾਂ ਲਈ ਤਾਂ ਸ਼ਰਮ ਧਰਮ ਇੱਕ ਪਾਸੇ ਲਾਤਾ ਉਹਨਾਂ ਨੇ ਕੂੜ ਦਾ ਮਤਲਬ ਕਿ ਝੂਠ ਹੀ ਪ੍ਰਧਾਨ ਹੋ ਗਿਆ ਉਹਨਾਂ ਦੀ ਜ਼ਿੰਦਗੀ ਚ ਇਹ ਝੂਠ ਦੀ ਪ੍ਰਧਾਨਤਾ ਹੈ ਪੈਸੇ ਦੀ ਪ੍ਰਧਾਨਤਾ ਹੈ ਬੁਰਾਈਆਂ ਦੀ ਪ੍ਰਧਾਨਤਾ ਹੈ ਜਿਸ ਕਰਕੇ ਹਰ ਕੋਈ ਨਜਾਇਜ਼ ਢੰਗ ਨਾਲ ਪੈਸੇ ਕਮਾਉਣਾ ਚਾਹੁੰਦਾ ਹੈ ਧਰਮ ਇਮਾਨ ਹੀ ਪੈਸਾ ਬਣ ਗਿਆ ਕਲੀਅਰ ਹੈ ਹੁਣ ਆਪਾਂ ਗੱਲ ਕਰੀਏ ਐਂਡ ਤੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਪਹਿਲਾਂ ਗੱਲ ਕੀ ਕੀਤੀ ਭੂਮਿਕਾ ਆਲਰੇਡੀ ਤੁਹਾਨੂੰ ਕਲੀਅਰ ਹੋ ਗਈ ਫਿਰ ਭ੍ਰਿਸ਼ਟਾਚਾਰ ਦਾ ਅਰਥ ਪੁਆਇੰਟਸ ਲਿਖ ਲਓ ਬੇਟੇ ਇਹ ਆਪਾਂ ਕੰਪਲੀਟ ਕਰਨੇ ਹਨ ਤਕਰੀਬਨ ਮੈਨੂੰ ਲੱਗਦਾ ਕਿ ਆਪਾਂ ਦੋ ਲੇਖ ਪਹਿਲਾਂ ਕਰ ਲਏ ਸਮੱਸਿਆਵਾਂ ਦੇ ਤੀਸਰਾ ਆਇਆ ਜੇ ਆਪਾਂ ਨੂੰ ਟਾਈਮ ਮਿਲਿਆ ਤਾਂ ਆਪਾਂ ਇੱਕ ਲੇਖ ਹੋਰ ਕਰਨਾ ਸਮੱਸਿਆਵਾਂ ਨਾਲ ਲਿਖ ਕੇ ਠੀਕ ਹੈ ਕਿ ਆਪਣੇ ਚਾਰ ਲੇਖ ਨੇ ਇਸ ਜਿਹੜੀ ਫਾਈਨਲ ਟਰਮ ਹੈ ਚਾਰ ਲੇਖ ਕਿਹੜੇ ਨੇ ਸਮੱਸਿਆਵਾਂ ਨਾਲ ਸੰਬੰਧਿਤ ਜਾਂ ਤੁਕਾਂ ਤੇ ਆਧਾਰਿਤ ਆਪਾਂ ਆਲਰੇਡੀ ਦੋ ਤਿੰਨ ਲੇਖ ਕਰ ਚੁੱਕੇ ਹਾਂ ਸਿਰਫ ਦੋ ਲੇਖ ਹੋਰ ਕਰਨੇ ਇਹੀ ਤੁਹਾਡਾ ਬਸ ਸਿਲੇਬਸ ਹੈ ਇਹਨੂੰ ਪ੍ਰਿਪੇਅਰ ਕਰ ਲਓਗੇ ਇੱਕ ਤੇ ਫੋਕਸ ਕਰੋ ਜਿਹੜਾ ਜਿਹੜਾ ਤੁਹਾਡਾ ਇੰਟਰਸਟ ਹੈ ਕਿ ਤੁਸੀਂ ਵਿਚਾਰਾਤਮਕ ਲੇਖ ਲਿਖਣਾ ਹੈ ਜਾਂ ਸਮੱਸਿਆਵਾਂ ਨਾਲ ਰਿਲੇਟਡ ਠੀਕ ਹੈ ਉਹਦੇ ਤੇ ਫੋਕਸ ਕਰ ਲਓ ਆਪਾਂ ਕਲਾਸ 'ਚ ਸਾਰੇ ਹੀ ਡਿਸਕਸ ਕਰਨੇ ਹੈ ਹਰ ਇੱਕ ਦਾ ਆਪਣਾ ਆਪਣੀ ਰੁਚੀ ਹੈ ਆਪਣਾ ਆਪਣਾ ਰੁਝਾਨ ਹੈ ਕਿ ਮੈਂ ਵਿਚਾਰਾਤਮਕ ਲੇਖ ਲਿਖਣੇ ਹੈ ਜਾਂ ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਲੇਖ ਸਮੱਸਿਆਵਾਂ ਨਾਲ ਰਿਲੇਟਡ ਹੋਏਗਾ ਉਹਦੀ ਵਿਚਾਰਾਤਮਕ ਲੇਖ ਨਾਲ ਰਿਲੇਟਡ ਜਿਹੜੀ ਹੈ ਉਹ ਲੈਟਰ ਵੀ ਆ ਸਕਦੀ ਹੈ ਠੀਕ ਹੈ ਔਰ ਜਿਹਨਾਂ ਨੇ ਵਿਚਾਰਾਤਮਕ ਲੇਖ ਕਰਨਾ ਉਹਨੇ ਨਾਲ ਰਿਲੇਟਡ ਸਮੱਸਿਆਵਾਂ ਨਾਲ ਰਿਲੇਟਡ ਲੈਟਰ ਆਪਾਂ ਕਰਨੀ ਅਖਬਾਰ ਦੇ ਸੰਪਾਦਕ ਨੂੰ ਵੱਧ ਰਹੀ ਮਹਿੰਗਾਈ ਬਾਰੇ ਵਿਚਾਰ ਕਰੋ ਵੱਧ ਰਹੇ ਭ੍ਰਿਸ਼ਟਾਚਾਰ ਬਾਰੇ ਵਿਚਾਰ ਕਰੋ ਠੀਕ ਹੈ ਬੱਚੇ ਇਸ ਕਰਕੇ ਦੋਨੋਂ ਹੀ ਪ੍ਰਿਪੇਅਰ ਕਰਨੇ ਜ਼ਰੂਰੀ ਨੇ ਫੋਲੋ ਮਾਈ ਪੁਆਇੰਟ ਹੁਣ ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰ ਦਾ ਅਰਥ ਦੈਨ ਨੈਕਸਟ ਭ੍ਰਿਸ਼ਟਾਚਾਰ ਦਾ ਬੋਲਬਾਲਾ ਜੋ ਸਾਡੀ ਅਜੋਕੀ ਸਥਿਤੀ ਹੈ ਨੈਕਸਟ ਸੈਂਟੈਂਸ ਹੈ ਨੈਕਸਟ ਆਪਾਂ ਪੁਆਇੰਟ ਦੇਣਾ ਹੈ ਕਿ ਪੈਸਾ ਕਮਾਉਣ ਦੇ ਢੰਗ ਨੇ ਭ੍ਰਿਸ਼ਟਾਚਾਰ ਪੈਸਾ ਕਮਾਉਣ ਦੇ ਢੰਗ ਕੀ ਨੇ ਬੇਟੇ ਕਿਰਤ ਕਮਾਈ ਕਰਨਾ ਨਹੀਂ ਧਰਮ ਇਮਾਨ ਦੇ ਰਸਤੇ ਤੇ ਚੱਲਣਾ ਨਹੀਂ ਕੀ ਹੈ ਪੈਸਾ ਕਮਾਉਣ ਦਾ ਢੰਗ ਨਜਾਇਜ਼ ਢੰਗ ਨਾਲ ਪੈਸਾ ਕਮਾਉਣਾ ਹੈ ਔਰ ਇੱਕ ਅੱਖ ਦੀ ਪਲਕਾਰੇ ਵਿੱਚ ਲੱਖਪਤੀ ਨਹੀਂ ਕਰੋੜਪਤੀ ਬਣਨਾ ਹੈ ਔਰ ਦੂਜਿਆਂ ਦਾ ਖੂਨ ਚੂਸਣਾ ਹੈ ਉਹ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਸਾਦਾ ਜੀਵਨ ਬਤੀਤ ਕਰੋ ਉਹ ਅਜਿਹੇ ਲੋਕਾਂ ਦੇ ਜੀਵਨ ਵਿੱਚੋਂ ਕਿਤੇ ਉੱਡ ਗਿਆ ਸੱਚਾਈ ਤਾਂ ਕਿਤੇ ਪਰ ਲਾ ਕੇ ਉੱਡ ਗਈ ਲੱਗਦੀ ਹੈ ਪੰਖ ਲਾ ਕੇ ਉੱਡ ਗਈ ਹੈ ਔਰ ਅਜਿਹੇ ਲੋਕਾਂ ਦੇ ਮਨ ਵਿੱਚ ਅਜਿਹੀ ਭਾਵਨਾ ਨਹੀਂ ਹੈ ਕਿ ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲਓ ਅਜਿਹੀ ਭਾਵਨਾ ਬਣ ਗਈ ਇਹਨਾਂ ਦੀ ਸ਼ਰਮ ਧਰਮ ਇਹਨਾਂ ਦੀ ਜ਼ਿੰਦਗੀ 'ਚ ਹੈ ਹੀ ਨਹੀਂ ਧਰਮ ਇਮਾਨ ਹੈ ਹੀ ਨਹੀਂ ਸਿਰਫ ਝੂਠ ਹੀ ਝੂਠ ਹੈ ਬੁਰਾਈਆਂ ਕੁਰਾਏ ਰਸਤੇ ਤੇ ਭਟਕਣਾ ਤੇ ਪੈਸਾ ਕਮਾਉਣਾ ਹੁਣ ਆਪਾਂ ਗੱਲ ਕਰੀਏ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਯੈਸ ਬੇਟੇ ਹਰ ਖੇਤਰ ਵਿੱਚ ਅਗਲਾ ਪੁਆਇੰਟ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਨੋਟ ਕਰ ਲਓ ਬੇਟੇ ਹੁਣ ਜਿਹੜਾ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਹੈ ਨਾ ਇਹਦੇ ਪੁਆਇੰਟਸ ਬਣਾਓ
ਜੇ ਤੁਹਾਡੀ ਗ੍ਰਾਮਰ ਬੁੱਕ ਵਿੱਚ ਬਣੇ ਵੀ ਨਹੀਂ ਨਾ ਹੋਏ ਤੁਸੀਂ ਇਹਦੇ ਪੁਆਇੰਟਸ ਬਣਾਉਣੇ ਆ ਦੱਸੋ ਗੱਲ ਕਰੋ ਕਿਹੜੇ ਕਿਹੜੇ ਖੇਤਰ ਦੀ ਗੱਲ ਕਰਾਂਗੇ ਕੌਣ ਦੱਸੇਗਾ ਸਭ ਤੋਂ ਪਹਿਲਾਂ ਖੇਤਰ ਯੈਸ ਬੇਟੇ ਰੇਜ਼ ਯੂਅਰ ਹੈਂਡਸ ਹਾਂਜੀ ਬੱਚੇ ਕੌਣ ਦੱਸੇਗਾ ਕਿਹੜੇ ਕਿਹੜੇ ਖੇਤਰ ਨੇ ਹਰਮੀਤ ਹਾਂਜੀ ਬੇਟੇ ਹਰਮੀਤ ਭਾਰਤ ਵਿੱਚ ਭ੍ਰਿਸ਼ਟਾਚਾਰ ਦਾ ਪਿਛੋਕੜ ਨਹੀਂ ਬੇਟੇ ਮੈਂ ਕਹਿੰਦੀ ਹਾਂ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਪਿਛੋਕੜ ਤਾਂ ਆਪਾਂ ਗੱਲ ਹੀ ਨਹੀਂ ਕਰਨੀ ਆਪਾਂ ਬੁਕਿਸ਼ ਲੈਂਗੁਏਜ ਤੇ ਨਹੀਂ ਜਾਣਾ ਪਿਛੋਕੜ ਤਾਂ ਇਹ ਹੈ ਨਾ ਕਿ ਸ਼ੁਰੂ ਤੋਂ ਹੀ ਹਰ ਇੱਕ ਦਾ ਧਰਮ ਇਮਾਨ ਪੈਸਾ ਕਮਾਉਣਾ ਹੀ ਹੈ ਆਪਾਂ ਗੱਲ ਕਰਦੇ ਹਾਂ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਕਿਵੇਂ ਹੈ ਅਲੱਗ ਅਲੱਗ ਫੀਲਡ ਬੋਲੋ ਜਿੱਥੇ ਭ੍ਰਿਸ਼ਟਾਚਾਰ ਸਾਨੂੰ ਬਾਲਕ ਸੰਮਤੀ ਹਾਂ ਬਾਲਕ ਸੰਮਤੀ ਨਹੀਂ ਬੇਟੇ ਬਾਲਕ ਸੰਮਤੀ ਵਿੱਚ ਕਿਵੇਂ ਹੈ ਇਸ ਤਰ੍ਹਾਂ ਨਹੀਂ ਹੈ ਮੈਂ ਗੱਲ ਕਰ ਰਹੀ ਹਾਂ ਜਿਹੜੀ ਰੋਜ਼ਾਨਾ ਜ਼ਿੰਦਗੀ ਵਿੱਚ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਕਿਵੇਂ ਹੈ ਬਾਲਕ ਸੰਮਤੀ ਦਾ ਕੀ ਭਾਵ ਹੋਇਆ ਹੈ ਬੱਚੇ ਹਾਂਜੀ ਬੇਟੇ ਪ੍ਰਤੀਕਸ਼ਾ ਆਪਾਂ ਤਾਂ ਈਜ਼ੀ ਕਰਕੇ ਲੇਖ ਕਰਨਾ ਹੈ ਜੋ ਆਪਾਂ ਜ਼ਿੰਦਗੀ ਚ ਦੇਖਦੇ ਹਾਂ ਹਾਂ ਬੇਟੇ ਮੈਮ ਮੈਨੂੰ ਐਂਟਰ ਕਰ ਲੋ ਕਲਾਸ ਮੇ ਹਾਂਜੀ ਬੇਟੇ ਆਪਾਂ ਗੱਲ ਕਰੀਏ ਵਿਦਿਅਕ ਖੇਤਰ ਹਾਂਜੀ ਰਿਆਂਸ਼ਿਕਾ ਦੱਸੇਗੀ ਰਿਆਂਸ਼ਿਕਾ ਯੈਸ ਬੇਟੇ ਰਿਆਂਸ਼ਿਕਾ ਮੈਮ ਰਾਜਨੀਤੀ ਦੇ ਖੇਤਰ ਵਿੱਚ ਯੈਸ ਆਪਾਂ ਖੇਤਰ ਡਿਸਕਸ ਕਰਨੇ ਆ ਸਭ ਤੋਂ ਪਹਿਲਾਂ ਵਿਦਿਅਕ ਖੇਤਰ ਵਿੱਚ ਭ੍ਰਿਸ਼ਟਾਚਾਰ ਹੁਣ ਇਹਨੂੰ ਕਿਵੇਂ ਆਪਾਂ ਐਕਸਪਲੇਨ ਕਰਾਂਗੇ ਕਿ ਕੋਈ ਜਿਹੜੀ ਮਰਜ਼ੀ ਵਿਦਿਅਕ ਸੰਸਥਾ ਦੇਖ ਲਓ ਨਰਸਰੀ ਤੋਂ ਲੈ ਕੇ ਉਚੇਰੀ ਪੜ੍ਹਾਈ ਦੇ ਦਾਖਲੇ ਲਈ ਬਹੁਤ ਸਾਰਾ ਪੈਸਾ ਰਿਸ਼ਵਤ ਦੇ ਰੂਪ ਵਿੱਚ ਦੇਣਾ ਪੈਂਦਾ ਤਾਂ ਦਾਖਲਾ ਮਿਲਦਾ ਇੱਕ ਨਰਸਰੀ ਚ ਵੀ ਬੱਚਾ ਕਰਾਉਣਾ ਨਾ ਕਿਸੇ ਅੱਛੇ ਚੰਗੇ ਸਕੂਲ ਵਿੱਚ ਤਾਂ ਉੱਥੇ ਵੀ ਦਾਨ ਦੇ ਰੂਪ ਚ ਪੈਸਾ ਦੇਣਾ ਡੋਨੇਸ਼ਨ ਦੇਣੀ ਪੈਂਦੀ ਔਰ ਦੂਸਰੀ ਗੱਲ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦੇ ਫਿਰ ਪੇਪਰਾਂ ਦੇ ਦਿਨਾਂ ਵਿੱਚ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਪੈਸਾ ਦੇ ਕੇ ਉਹਨਾਂ ਦੇ ਅੰਦਰ ਨਕਲ ਦੀ ਰੁਚੀ ਪੈਦਾ ਹੁੰਦੀ ਹੈ ਉਹਨਾਂ ਨੂੰ ਨਕਲਾਂ ਕਰਾ ਕੇ ਝੂਠੀਆਂ ਫੂਕੀਆਂ ਡਿਗਰੀਆਂ ਉਹਨਾਂ ਦੇ ਹੱਥ ਵਿੱਚ ਪਾਈਆਂ ਜਾਂਦੀਆਂ ਇਹ ਸਭ ਭ੍ਰਿਸ਼ਟਾਚਾਰ ਦਾ ਰੂਪ ਹੈ ਔਰ ਫਿਰ ਜਦੋਂ ਨੌਕਰੀਆਂ ਲੈਣੀਆਂ ਨੇ ਕਿਤੇ ਵੀ ਤਾਂ ਜਿਹੜਾ ਪੈਸਾ ਦੇ ਦੇਗਾ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਭਾਵੇਂ ਉਹ ਵਿਦਿਅਕ ਸੰਸਥਾ ਹੋਵੇ ਭਾਵੇਂ ਕੋਈ ਵੀ ਖੇਤਰ ਹੋਵੇ ਯੋਗਤਾ ਦਾ ਕੋਈ ਮੁੱਲ ਹੀ ਨਹੀਂ ਹੈ ਇਹ ਭ੍ਰਿਸ਼ਟਾਚਾਰ ਨਹੀਂ ਤੇ ਹੋਰ ਕੀ ਹੈ ਠੀਕ ਹੈ ਸੈਕਿੰਡ ਆਪਾਂ ਗੱਲ ਕਰੀਏ ਵਪਾਰਕ ਖੇਤਰ ਵਿੱਚ ਭ੍ਰਿਸ਼ਟਾਚਾਰ ਨੈਕਸਟ ਆਪਾਂ ਗੱਲ ਕਰਨੀ ਹੈ ਸਰਕਾਰੀ ਅਦਾਰਿਆਂ ਵਿੱਚ ਨੈਕਸਟ ਆਪਾਂ ਗੱਲ ਕਰੀਏ ਰਾਜਨੀਤਿਕ ਖੇਤਰ ਵਿੱਚ ਭ੍ਰਿਸ਼ਟਾਚਾਰ ਠੀਕ ਹੈ ਇਹ ਮੇਨ ਖੇਤਰ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਨੇ ਸੈਕਿੰਡ ਗੱਲ ਕਰੀਏ ਆਪਾਂ ਵਪਾਰਕ ਖੇਤਰ ਵਿੱਚ ਭ੍ਰਿਸ਼ਟਾਚਾਰ ਕੌਣ ਦੱਸੇਗਾ ਇਹੀ ਤੁਹਾਡੀ ਸਪੀਕਿੰਗ ਸਕਿੱਲ ਆ ਚਲ ਕੋਈ ਦੱਸ ਸਕਦਾ ਵਪਾਰਕ ਖੇਤਰ ਵਿੱਚ ਭ੍ਰਿਸ਼ਟਾਚਾਰ ਮੀਨਸ ਮਿਲਾਵਟਖੋਰ ਵਪਾਰਕ ਖੇਤਰ ਵਿੱਚ ਭ੍ਰਿਸ਼ਟਾਚਾਰ ਨੇ ਅਜਿਹਾ ਰੂਪ ਧਾਰਨ ਕੀਤਾ ਹੋਇਆ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਿਮਾਰੀਆਂ ਦੇ ਲੇਖੇ ਲਾ ਦਿੱਤੀਆਂ ਨੇ ਕਿ ਵਪਾਰੀ ਲੋਕਾਂ ਦਾ ਭਲਾ ਨਾ ਸੋਚ ਕੇ ਆਪਣੇ ਮੁਨਾਫੇ ਲਈ ਚੀਜ਼ਾਂ ਵਿੱਚ ਮਿਲਾਵਟਾਂ ਕਰਕੇ ਵੇਚਦੇ ਹਨ ਔਰ ਉਸ ਤੋਂ ਵੀ ਵੱਧ ਦੁੱਗਣੇ ਦਾਮਾਂ ਤੇ ਚੀਜ਼ਾਂ ਵੇਚੀਆਂ ਜਾਂਦੀਆਂ ਨੇ ਜਦੋਂ ਮਹਿੰਗਾਈ ਹੋ ਜਾਂਦੀ ਹੈ ਔਰ ਵਪਾਰੀ ਲੋਕ ਗੋਦਾਮਾਂ ਵਿੱਚ ਮਾਲ ਭਰ ਕੇ ਰੱਖਦੇ ਨੇ ਜਮ੍ਹਾਂਖੋਰ ਤੇ ਜਦੋਂ ਮਹਿੰਗਾਈ ਵੱਧਦੀ ਹੈ ਤਾਂ ਉਹ ਦੁੱਗਣੇ ਦਾਮਾਂ ਤੇ ਵੇਚਦੇ ਨੇ ਇਹ ਸਭ ਭ੍ਰਿਸ਼ਟਾਚਾਰ ਦਾ ਰੂਪ ਹੈ ਔਰ ਮਿਲਾਵਟੀ ਚੀਜ਼ਾਂ ਖਾਣ ਦੇ ਨਾਲ ਲੋਕ ਦੀ ਜ਼ਿੰਦਗੀ ਬਿਮਾਰੀਆਂ ਦੇ ਲੇਖੇ ਲੱਗ ਰਹੀ ਹੈ ਇੱਥੇ ਕੋਟੇਸ਼ਨ ਦਿਓਗੇ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਇਹਨਾਂ ਲੋਕਾਂ ਨੂੰ ਕਿਸੇ ਦੀ ਕੋਈ ਪਰਵਾਹ ਹੀ ਨਹੀਂ ਹੈ ਕੋਈ ਮਰੇ ਕੋਈ ਜੀਵੇ ਇਹਨਾਂ ਨੇ ਤਾਂ ਆਪਣੀਆਂ ਜੇਬਾਂ ਭਰਨੀਆਂ ਨੇ ਕਲੀਅਰ ਹੈ ਬੇਟੇ ਇੱਥੇ ਕੋਟੇਸ਼ਨ ਇਹ ਲਿਖਣੀ ਹੈ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਇਹ ਸੀ ਵਪਾਰਕ ਖੇਤਰ ਈਜ਼ੀ ਕਰਕੇ ਲਿਖਣਾ ਹੈ ਲੇਖ ਹੁਣ ਆਪਾਂ ਗੱਲ ਕਰੀਏ ਸਰਕਾਰੀ ਅਦਾਰੇ ਦੱਸ ਸਕਦੇ ਹੋ ਸਰਕਾਰੀ ਡਿਪਾਰਟਮੈਂਟ ਭਾਵੇਂ ਉਹ ਪੁਲਿਸ ਮਹਿਕਮਾ ਹੈ ਭਾਵੇਂ ਅਦਾਲਤਾਂ ਹਨ ਭਾਵੇਂ ਬੈਂਕ ਹੈ ਕੋਈ ਵੀ ਖੇਤਰ ਲੈ ਲਓ ਸਰਕਾਰੀ ਇੱਥੋਂ ਤੱਕ ਕਿ ਪ੍ਰਾਈਵੇਟ ਵੀ ਹੁਣ ਛੋਟੇ ਤੋਂ ਲੈ ਕੇ ਚਪੜਾਸੀ ਤੋਂ ਲੈ ਕੇ ਪਿਓਨ ਤੋਂ ਲੈ ਕੇ ਵੱਡੇ ਅਫਸਰ ਤੱਕ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਫਾਈਲਾਂ ਨਹੀਂ ਖੁੱਲਦੀਆਂ ਕੋਈ ਵੀ ਕੰਮ ਨਹੀਂ ਹੁੰਦਾ ਆਹ ਐਕਸਪਲੇਨ ਕਰਨਾ ਹੈ ਇਸ ਤਰ੍ਹਾਂ ਬੇਟੇ ਆਪਾਂ ਐਕਸਪਲੇਨ ਕਰਨਾ ਹੈ ਈਜ਼ੀ ਵੇ ਨਾਲ ਠੀਕ ਹੈ ਭਾਵੇਂ ਤੁਸੀਂ ਪ੍ਰਾਈਵੇਟ ਇੰਸਟੀਟਿਊਸ਼ਨ ਦੇਖ ਲਓ ਕੋਈ ਲਾਇਸੈਂਸ ਬਣਾਉਣਾ ਹੈ ਕੋਈ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਬਾਹਰ ਭੇਜਣਾ ਹੈ ਏਜੰਟ ਕਿੰਨਾ ਪੈਸਾ ਖਾਂਦੇ ਨੇ ਭਾਵੇਂ ਪ੍ਰਾਈਵੇਟ ਦੇਖੋ ਅੱਜ ਸਰਕਾਰੀ ਦੇਖੋ ਹਰ ਪਾਸੇ
ਭ੍ਰਿਸ਼ਟਾਚਾਰ ਦਾ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ। ਇਹ ਹੈ ਸਰਕਾਰੀ ਅਦਾਰੇ। ਇਹ ਤੁਹਾਡਾ ਲੇਖ ਇਸ ਤਰ੍ਹਾਂ ਹੀ ਪ੍ਰਿਪੇਅਰ ਹੋ ਜਾਣਾ ਔਰ ਇਹਨਾਂ ਵਿੱਚੋਂ ਇੱਕ ਇੱਕ ਲਾਈਨ ਕੱਢੋਗੇ ਤਾਂ ਲੈਟਰ ਹੋ ਜਾਣੀ ਅਖਬਾਰ ਦੇ ਸੰਪਾਦਕ। ਹੁਣ ਆਪਾਂ ਗੱਲ ਕਰੀਏ ਰਾਜਨੀਤਿਕ ਖੇਤਰ। ਇਹ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਅੱਜ ਕੱਲ੍ਹ ਚੋਣਾਂ ਦੇ ਦਿਨ ਚੱਲ ਰਹੇ ਨੇ। ਚੋਣਾਂ ਦੇ ਦਿਨਾਂ ਵਿੱਚ ਪਹਿਲਾਂ ਤਾਂ ਟਿਕਟ ਖਰੀਦਣ ਲਈ ਪੈਸਾ ਖੂਬ ਲਾਇਆ ਜਾਂਦਾ, ਖੂਬ ਪੈਸਾ ਲਾਇਆ ਜਾਂਦਾ। ਫਿਰ ਚੋਣਾਂ ਦਾ ਪ੍ਰਚਾਰ ਕਰਨ ਲਈ ਖੂਬ ਪੈਸਾ ਖਰਚਿਆ ਜਾਂਦਾ ਕਿ ਕਿਤੇ ਅਸੀਂ ਟਿਕਟ ਲੈ ਲਈ ਹੈ ਤੇ ਜੇ ਸਾਰੇ ਅਸੀਂ ਸੱਤਾ ਵਿੱਚ ਆ ਗਏ, ਰਾਜਨੀਤਿਕ ਖੇਤਰ ਵਿੱਚ ਜਿਹੜਾ ਵੀ ਸੱਤਾ ਵਿੱਚ ਆ ਗਿਆ, ਫਿਰ ਉਸਨੇ ਜਿੰਨਾ ਪੈਸਾ ਖਰਚਿਆ ਨਾ ਚੋਣਾਂ ਦੇ ਦੌਰਾਨ, ਉਸ ਦੀ ਭਰਵਾਈ ਕੀਤੀ ਜਾਂਦੀ, ਉਸ ਨੂੰ ਪੂਰਾ ਕੀਤਾ ਜਾਂਦਾ। ਕਿੰਨਾ ਦਾ ਲੋਕਾਂ ਦਾ ਖੂਨ ਚੂਸ ਚੂਸ ਕੇ, ਔਰ ਚੋਣਾਂ ਦੇ ਦੌਰਾਨ ਲੋਕਾਂ ਨਾਲ ਝੂਠੇ ਲਾਰੇ ਲਾਏ ਜਾਂਦੇ ਨੇ ਕਿ ਉਹਨਾਂ ਦੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਇੱਕ ਵਾਰੀ ਜੇ ਅਸੀਂ ਸੱਤਾ ਵਿੱਚ ਆ ਜਾਈਏ। ਪਰ ਜਦੋਂ ਸੱਤਾ ਵਿੱਚ ਆ ਗਏ, ਗਿਰਗਟ ਵਾਂਗ ਰੰਗ ਬਦਲਦੇ ਨੇ ਨੇਤਾ ਲੋਕ। ਸਾਡੇ ਨੇਤਾ ਲੋਕ ਹੀ ਇੰਨੇ ਭ੍ਰਿਸ਼ਟੇ ਹੋਏ ਨੇ ਤਾਂ ਉਸ ਦੇਸ਼ ਕਿਵੇਂ ਖੁਸ਼ਹਾਲੀ ਦੇ ਰਾਹ ਤੇ ਜਾ ਸਕਦਾ ਹੈ? ਇਹ ਸਾਰੇ ਰੂਪ ਨੇ ਭ੍ਰਿਸ਼ਟਾਚਾਰ ਦੇ। ਕਲੀਅਰ? ਕਰੋੜਾਂ ਰੁਪਏ ਖਰਚਾ ਕੀਤਾ ਜਾਂਦਾ ਕਿ ਕਿਤੇ ਅਸੀਂ ਸੱਤਾ ਵਿੱਚ ਆ ਜਾਈਏ, ਤੇ ਜਦੋਂ ਆ ਗਏ ਲੋਕਾਂ ਦੇ ਨਾਲ ਜਨਤਾ ਨਾਲ ਆਏ ਝੂਠੇ ਵਾਅਦੇ ਪੂਰੇ ਨਹੀਂ ਕਰਦੇ, ਆਪਣੀਆਂ ਜੇਬਾਂ ਭਰਨ ਚ ਲੱਗੇ ਰਹਿੰਦੇ ਨੇ। ਹੁਣ ਆਪਾਂ ਗੱਲ ਕਰੀਏ ਇਹਨਾਂ ਨੂੰ ਦੂਰ ਕਰਨ ਦੇ ਸੁਝਾਅ। ਪ੍ਰਭਾਵ ਤਾਂ ਤੁਹਾਨੂੰ ਸਾਹਮਣੇ ਨਜ਼ਰ ਆਉਂਦਾ ਕਿ ਭ੍ਰਿਸ਼ਟਾਚਾਰ ਦਾ ਪ੍ਰਭਾਵ ਇਹ ਹੈ ਕਿ ਬੁਰਾਈਆਂ ਫੈਲ ਰਹੀਆਂ ਨੇ, ਬੱਚਿਆਂ ਦਾ ਭਵਿੱਖ, ਨੌਜਵਾਨ ਬੱਚਿਆਂ ਦਾ, ਪੜ੍ਹੇ ਲਿਖੇ ਬੱਚਿਆਂ ਦਾ ਭਵਿੱਖ ਹਨੇਰੇ ਵੱਲ ਜਾ ਰਿਹਾ, ਘਰਾਂ ਪਰਿਵਾਰਿਕ ਲੜਾਈ ਝਗੜੇ ਪੈਦਾ ਹੋ ਰਹੇ ਨੇ, ਯੋਗਤਾ ਦਾ ਕੋਈ ਮੁੱਲ ਨਹੀਂ ਪੈਦਾ ਲੱਗ ਰਿਹਾ, ਯੋਗਤਾ ਦਾ ਕੋਈ ਮੁੱਲ ਨਹੀਂ ਹੈ ਕਿਉਂਕਿ ਝੂਠੀਆਂ ਡਿਗਰੀਆਂ ਲੈ ਕੇ ਜਿਹੜੇ ਬੱਚੇ ਨੇ ਉਹ ਪੈਸਾ ਚੜਾ ਕੇ ਆਪਣੇ ਨੌਕਰੀਆਂ ਵੀ ਪ੍ਰਾਪਤ ਕਰਦੇ ਨੇ, ਮੰਤਰੀਆਂ ਦੇ ਬੱਚੇ ਜਿਹੜੇ ਨੇ ਨੌਕਰੀਆਂ ਪ੍ਰਾਪਤ ਕਰਨ ਲਈ ਅੱਗੇ ਨੇ। ਇਹ ਸਾਰੇ ਪ੍ਰਭਾਵ ਨੇ। ਹੁਣ ਆਪਾਂ ਗੱਲ ਕਰੀਏ ਦੂਰ ਕਰਨ ਦੇ ਸੁਝਾਅ ਕੀ ਨੇ। ਦੂਰ ਕਰਨ ਦੇ ਸੁਝਾਅ ਆਉਂਦੇ ਨੇ ਜਿਹੜੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਹੈ ਨਾ, ਉਹਨਾਂ ਨੂੰ ਕਾਰਨ ਨੇ ਜਿਹੜੇ ਕਿ ਦੂਰ ਕਰਨ ਦਾ ਸੁਝਾਅ ਕੇ ਪਹਿਲਾਂ ਵੱਧਦੀ ਆਬਾਦੀ ਤੇ ਕੰਟਰੋਲ ਕੀਤਾ ਜਾਏ, ਮਹਿੰਗਾਈ ਨੂੰ ਠੱਲ ਪਾਈ ਜਾਏ, ਠੀਕ ਹੈ ਬੇਟੇ, ਜਿਹੜਾ ਰੁਜ਼ਗਾਰ ਹੈ ਉਹ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਬੱਚਿਆਂ ਨੂੰ ਰੁਜ਼ਗਾਰ ਦੇ, ਔਰ ਰੁਜ਼ਗਾਰ ਯੋਗਤਾ ਦੇ ਆਧਾਰ ਤੇ ਦਿੱਤਾ ਜਾਏ, ਔਰ ਜਿਹੜੇ ਸਾਡੇ ਨੇਤਾ ਲੋਕ ਨੇ ਇੱਕ ਮਿਸਾਲ ਬਣਨ, ਉਹਨਾਂ ਦਾ ਕਿਰਦਾਰ ਉੱਚਾ ਸੁੱਚਾ ਹੋਣਾ ਚਾਹੀਦਾ। ਠੀਕ ਹੈ, ਕਿਵੇਂ ਉੱਚਾ ਸੁੱਚਾ ਹੋਣਾ ਚਾਹੀਦਾ? ਸਾਦਾ ਜੀਵਨ, ਚੰਗੀ ਸੋਚ, ਨੇਕ ਸੋਚ ਦੇ ਧਾਰਨੀ ਬਣਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਵਿਚਾਰ ਅਪਣਾਇਆ ਜਾਏ ਸਾਡੇ ਨੇਤਾ ਲੋਕਾਂ ਵੱਲੋਂ। ਹਾਂ, ਤੇ ਵਪਾਰਕ ਖੇਤਰ ਵਿੱਚ ਭ੍ਰਿਸ਼ਟਾਚਾਰ ਤਾਂ ਦੂਰ ਹੋ ਸਕਦਾ ਜੇ ਸਾਡੇ ਵਪਾਰੀ ਲੋਕਾਂ ਦਾ ਭਲਾ ਸੋਚਣ, ਮਿਲਾਵਟ ਖੋਰਾਂ ਨੂੰ ਕਰਡੇ ਹੱਥੀ ਲਿਆ ਜਾਏ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਉਹਨਾਂ ਛਾਪੇ ਮਾਰ ਕੇ ਉਹਨਾਂ ਨੂੰ ਰੰਗੇ ਹੱਥੀ ਫੜਿਆ ਜਾਏ, ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏ। ਵਿਦਿਅਕ ਖੇਤਰਾਂ ਦੇ ਵਿੱਚ ਜਿਹੜਾ ਵਿਦਿਅਕ ਸੰਸਥਾਵਾਂ ਨੇ ਉਹਨਾਂ ਵਿੱਚ ਯੋਗਤਾ ਦੇ ਆਧਾਰ ਤੇ ਦਾਖਲੇ ਹੋਣੇ ਚਾਹੀਦੇ ਨੇ, ਯੋਗਤਾ ਦੇ ਆਧਾਰ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ। ਸਰਕਾਰੀ ਅਦਾਰਿਆਂ ਦੇ ਵਿੱਚ ਇਮਾਨਦਾਰੀ ਦੇ ਨਾਲ ਹਰ ਕਰਮਚਾਰੀ ਨੂੰ ਆਪਣਾ ਕੰਮ ਕਰਨਾ ਚਾਹੀਦਾ। ਜਿੱਥੇ ਹੈ ਨਾ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਤਾਂ ਆਪਾਂ ਕਹਿੰਦੇ ਹਾਂ ਕੰਮ ਨਹੀਂ ਹੁੰਦਾ, ਉੱਥੇ ਇਮਾਨਦਾਰੀ ਨਾਲ ਕੰਮ ਕੀਤਾ ਜਾਏ ਕਿ ਲੋਕਾਂ ਨੂੰ ਲਾਈਨਾਂ ਵਿੱਚ ਖੜੇ ਨਾ ਹੋਣਾ ਪਏ। ਇਹ ਸਭ ਕੁਛ ਤਾਂ ਹੀ ਹੋ ਸਕਦਾ ਜੇਕਰ ਸਾਡੀਆਂ ਸਰਕਾਰਾਂ ਉੱਚੇ ਸੁੱਚੇ ਕਿਰਦਾਰ ਵਾਲੀਆਂ ਬਣਨ, ਇਮਾਨਦਾਰੀ ਦੇ ਰਸਤੇ ਤੇ ਚੱਲਣ। ਅਜਿਹਾ ਸਭ ਕੁਛ ਕਰਕੇ ਅਸੀਂ ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾ ਸਕਦੇ ਹਾਂ ਤੇ ਸਾਡਾ ਦੇਸ਼ ਖੁਸ਼ਹਾਲੀ ਦੇ ਰਾਹ ਤੇ ਜਾ ਸਕਦਾ, ਸਾਡੇ ਦੇਸ਼ ਦੇ ਬੱਚਿਆਂ ਦਾ ਭਵਿੱਖ ਸੁਨਹਿਰੀ ਹੋ ਸਕਦਾ, ਤੇ ਸਾਡੇ ਬੱਚੇ ਜਿਹੜੇ ਨੇ, ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ, ਉਹਨਾਂ ਨੂੰ ਕੁਰਾਏ ਰਸਤੇ ਤੋਂ ਜਾਣ ਲਈ ਬਚਾਇਆ ਜਾ ਸਕਦਾ ਹੈ, ਔਰ ਤਾਂ ਜੋ ਸਾਡੇ ਦੇਸ਼ ਦੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨਾ ਜਾਏ, ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਦੇ ਅਜਿਹੇ ਮੌਕੇ ਪੈਦਾ ਕੀਤੇ ਜਾਣ ਤਾਂ ਜੋ ਹਰ ਇੱਕ ਨੂੰ ਉਸਦੀ ਯੋਗਤਾ ਅਨੁਸਾਰ ਨੌਕਰੀਆਂ ਮਿਲ ਸਕਣ। ਠੀਕ ਹੈ ਬੇਟੇ, ਅਜਿਹੇ ਯਤਨਾਂ ਨਾਲ ਅਸੀਂ ਭ੍ਰਿਸ਼ਟਾਚਾਰ ਮੁਕਤ ਆਪਣਾ ਦੇਸ਼ ਬਣਾ ਸਕਦੇ ਹਾਂ। ਫਿਰ ਐਂਡ ਤੇ ਉਹੀ ਹੈ, ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਾਣ, ਕਿਰਤ ਕਰੋ, ਨਾਮ ਜਪੋ, ਵੰਡ ਚੁਕੋ। ਅਜਿਹੇ ਰਸਤੇ ਤੇ ਚੱਲ ਕੇ ਭ੍ਰਿਸ਼ਟਾਚਾਰ ਦੇਸ਼ ਮੁਕਤ, ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਓ ਤੇ ਖੁਸ਼ਹਾਲੀ ਦੇ ਰਸਤੇ ਤੇ ਲੈ ਕੇ ਜਾਓ। ਠੀਕ ਹੈ ਬੱਚੇ, ਡਨ। ਹੁਣ ਆਪਾਂ ਕੱਲ ਦੀ ਕਲਾਸ ਚ ਮੁਹਾਵਰੇ ਕਰਾਂਗੇ। ਅੱਜ ਆਪਣਾ ਇੱਕ ਟੋਪਿਕ ਕੰਪਲੀਟ ਹੋ ਗਿਆ ਬੇਟੇ, ਇਹ ਲੈਟਰ ਵੀ ਹੋ ਗਈ ਔਰ ਲੇਖ ਵੀ ਹੋ ਗਏ। ਥੈਂਕ ਯੂ ਸੋ ਮਚ।